अपने पिंड सिंघा वाले का तहत धन्यवाद करता हर एक वोटर का। पार्टी बाजी तो उपर उठ के सारियां नूं इक लैके चलूंगा। कोई भी मैं ये नहीं भी मैंने फलाने के वोट नहीं पाई, कोई मेरे मन की गलत शिकवा नहीं, सारे पिंड ने पाई है। मैं सारे पिंड का तहे दिलों धन्यवाद करता। ਸੰਯੋਗ ਦਿੱਤਾ ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਮੈਂ ਆਪਣੇ ਪਿੰਡ ਸਿੰਘਾਂ ਵਾਲੇ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਰ ਇੱਕ ਵੋਟਰ ਦਾ। ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਇੱਕ ਲੈ ਕੇ ਚੱਲੂੰਗਾ। ਕੋਈ ਵੀ ਮੈਨੂੰ ਇਹ ਨਹੀਂ ਵੀ ਮੈਨੂੰ ਫਲਾਣੇ ਨੇ ਵੋਟ ਨਹੀਂ ਪਾਈ, ਕੋਈ ਮੇਰੇ ਮਨ 'ਚ ਗਲਤ ਸ਼ਕਵਾ ਨਹੀਂ, ਸਾਰੇ ਪਿੰਡ ਨੇ ਪਾਈ ਆ। ਮੈਂ ਸਾਰੇ ਪਿੰਡ ਦਾ ਤਹਿ ਦਿਲੋਂ ਧੰਨਵਾਦ ਕਰਦਾ। ਉਹਦੇ ਵਿੱਚ ਅਸੀਂ ਇਸ ਤਰ੍ਹਾਂ ਕਰਾਂਗੇ, ਮੀਟਿੰਗ ਕਰਾਂਗੇ ਸਾਰੇ ਬੰਦਿਆਂ ਨਾਲ, ਪਿੰਡ ਦੇ ਹਰ ਇੱਕ ਬੰਦੇ ਦੀ ਸਲਾਹ ਨਾਲ ਵਧੀਆ ਤੋਂ ਵਧੀਆ ਪਿੰਡ ਦੇ ਕੰਮ ਕਰਾਂਗੇ। ਕੋਈ ਕਿਸੇ ਨਾਲ ਪਾਰਟੀ ਬਾਜੀ ਦੀ ਗੱਲ ਨਹੀਂ ਰੱਖਣੀ, ਸਾਰੇ ਭਰਾ ਇੱਕ ਹੋ ਕੇ ਚੱਲਾਂਗੇ। ਉਹ ਮੈਂ ਵਾਅਦੇ ਕੀਤੇ ਆ, ਗੁਰੂ ਸਾਹਿਬ ਕਿਰਪਾ ਰੱਖਣ ਦਾ ਪੂਰੇ ਕਰੂੰਗਾ। ਅਤੇ ਸਾਰੀ ਸੰਗਤ ਨੂੰ ਮੈਂ ਇਹ ਵੀ ਅਪੀਲ ਕਰੂੰਗਾ ਕਿ ਕਿਸੇ ਨੇ ਕਿਸੇ ਨਾਲ ਕੋਈ ਗੁੱਸਾ ਗਿੱਲਾ ਨਹੀਂ ਰੱਖਣਾ, ਆਪਾਂ ਇੱਕ ਹੋ ਕੇ ਚੱਲਣਾ ਵਾ। ਜੇ ਕਿਸੇ ਨੇ ਨਹੀਂ ਵੋਟ ਪਾਈ ਤਾਂ ਵੀ ਧੰਨਵਾਦ, ਜਿਹਨੇ ਪਾਈ ਉਹਦਾ ਤਾਂ ਮੈਂ ਬਹੁਤ ਧੰਨਵਾਦ ਕਰਦਾ ਵਾਂ। ਦੂਸਰੇ ਨੰਬਰ 'ਤੇ ਜਿਹੜੇ ਕੰਮ ਆ ਪਿੰਡ ਦੇ, ਉਹ ਮੈਂ ਪਹਿਲ ਦੇ ਆਧਾਰ 'ਤੇ ਪਿੰਡ ਦੇ ਕੰਮ ਕਰੂੰਗਾ। ਅਤੇ ਬੇਨਤੀ ਇੱਕ ਸਾਰੀ ਸੰਗਤ ਨੂੰ ਵੀ ਕਰੂੰਗਾ ਤੁਹਾਡੇ ਚੈਨਲ ਰਾਹੀਂ ਕਿ ਭਰਾਵਾ ਲੜਿਓ ਨਾ ਕਿਸੇ ਨਾਲ, ਇੱਕ ਦੂਜੇ ਨਾਲ ਕੰਮ ਕਰਨ ਦੀ ਇੱਛਾ ਰੱਖੋ। ਕੰਮ ਹੀ ਤੁਹਾਡੇ ਕਰਮ ਆ ਅਤੇ ਕੰਮ ਨਾਲ ਹੀ ਤੁਹਾਡੀ ਇੱਜ਼ਤ ਬਣਨੀ। ਭਾਈ ਜੀ ਬਹੁਤ ਬਹੁਤ ਧੰਨਵਾਦ ਸਾਡੇ ਮਹਾਂਪੁਰਸ਼ਾਂ ਦੇ, ਨਗਰ ਨਿਵਾਸੀਆਂ ਦਾ, ਜਿਨ੍ਹਾਂ ਨੇ ਪੂਰਾ ਹੀ ਤਨੋ ਮਨੋ ਧਨੋ ਸਰਪੰਚ ਸਾਹਿਬ ਦੇ ਨਾਲ ਜਿੰਨਾ ਸੰਯੋਗ ਦਿੱਤਾ ਆਸ ਨਾਲੋਂ ਵੱਧ, ਇੰਨੇ ਸਾਨੂੰ ਉਮੀਦ ਨਹੀਂ ਸੀ। ਕਿਉਂਕਿ ਕਈ ਵਾਰ ਉਹ ਹੋ ਜਾਂਦਾ ਹੁੰਦਾ ਵੀ ਲੋਕ ਕਹਿ ਕੁਛ ਜਾਂਦੇ ਆ ਅਤੇ ਕਰ ਕੁਛ ਜਾਂਦੇ ਤੇ, ਪਰ ਅੱਜ ਸਾਡੇ ਨਗਰ ਨੇ ਜਿਹੜਾ ਕੁਛ ਕਿਹਾ ਅਤੇ ਉਹੀ ਕੁਛ ਕੀਤਾ। ਜਿਹੜਾ ਸਾਨੂੰ ਇਹ ਨਹੀਂ ਲਾਰਾ ਕਿਸੇ ਨੂੰ ਲਾ ਕੇ ਲਾਰਾ ਲਾ ਕੇ ਵੋਟ ਪਾਉਣੀ ਆ, ਅਤੇ ਜੋ ਕੁਛ ਕਹਿ ਕੇ ਗਏ ਆ ਕੇ ਜਿੰਨੇ ਦਿਨਾਂ ਦੇ ਇਤਿਹਾਸ ਬਾਰਾਂ ਦਿਨਾਂ ਦੇ ਫਿਰਦੇ ਆ, ਠੀਕ ਹੈ ਚਲੋ ਬੋਲਿਆ ਨਹੀਂ ਜਾਂਦਾ, ਬੋਲ ਬੈਠਾ ਪਿਆ ਗਲਾ ਬਹਿ ਗਿਆ, ਫਿਰ ਵੀ ਜਿੰਨਾ ਸਾਨੂੰ ਸਾਥ ਦਿੱਤਾ ਲੋਕਾਂ ਨੇ, ਹੁਣ ਮੈਂ ਇੱਕ ਵਿਸ਼ਵਾਸ ਆ ਉਹਦੇ ਵੱਲੋਂ ਵੀ ਦਵਾਉਣਾ। ਇਹ ਮੇਰਾ ਛੋਟਾ ਵੀਰ ਆ ਸਰਪੰਚ ਸਾਹਿਬ, ਸਾਰੀ ਸੰਗਤ ਖੜੀ ਆ, ਜਿੰਨੇ ਵੀ ਭੈਣ ਦੇ ਅਧੂਰੇ ਕੰਮ ਜਿਹੜੇ ਪਹਿਲਾਂ ਵੀ ਅਸੀਂ ਪਹਿਲਾਂ ਕੀਤੇ ਆ, ਜਿੰਨੇ ਹੁਣ ਕੰਮ ਪਏ ਅਧੂਰੇ ਉਹ ਅਸੀਂ ਉਹ ਸਿਰੇ ਚੜਾਂਗੇ। ਤੇ ਰਹੀ ਗੱਲ ਸਰਪੰਚ ਸਾਹਿਬ ਨੇ ਬਹੁਤ ਵਧੀਆ ਜਿਹੜੇ ਵਿਚਾਰ ਰੱਖੇ ਪਹਿਲਾਂ, ਜਿਹੜੇ ਸਾਡੇ ਕੈਂਡੀਡੇਟ ਬਰਾਬਰ ਸੀਗੇ, ਕੋਈ ਵੈਰ ਵਿਰੋਧ ਨਹੀਂ ਉਹਨਾਂ ਨਾਲ, ਅਸੀਂ ਉਹਨਾਂ ਨੂੰ ਆਪਦੇ ਭਰਾ ਬਣਾ ਕੇ ਉਹਨਾਂ ਦੇ ਘਰੇ ਜਾ ਕੇ ਉਹਨਾਂ ਮੂਹਰੇ ਹੱਥ ਬੰਨ ਕੇ ਇਹ ਗੱਲ ਕਵਾਂਗੇ, ਹਾਰਾਂ ਜਿੱਤਾਂ ਹੁੰਦੀਆਂ ਰਹਿੰਦੀਆਂ, ਹਾਰਾਂ ਅਸੀਂ ਵੀ ਬਰਦਾਸ਼ਤ ਕੀਤੀਆਂ, ਜਿੱਤਾਂ ਵੀ ਬਰਦਾਸ਼ਤ ਕੀਤੀਆਂ, ਜਿੱਤਾਂ ਦਾ ਆਨੰਦ ਵੀ ਮਾਣਿਆ, ਹਾਰਾਂ ਵੀ ਬਰਦਾਸ਼ਤ ਕੀਤੀਆਂ, ਪਰ ਗੱਲ ਇੱਕ ਆ ਹੁਣ ਇਕੱਠੇ ਹੋ ਕੇ ਚੱਲਣਾ। ਜਿਹੜੇ ਨਾਲ ਦੇ ਕੈਂਡੀਡੇਟ ਸੀਗੇ ਉਹਨਾਂ ਨੂੰ ਅਸੀਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਉਹਨਾਂ ਦਾ ਫੜ ਕੇ ਦੇ ਨਾਲ ਤੋਰਨਾ, ਪਿੰਡ ਦੇ ਵਿਕਾਸ ਦੀ ਖਾਤਰ।
ਭਾਈ ਤੁਸੀਂ ਕੀ ਜਗ੍ਹਾ ਕਹਿਣਾ ਚਾਹੋਗੇ ਜੀ ਸਰਪੰਚ ਸਾਹਿਬ ਸਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਵਾਲੇ ਲੋਕਾਂ ਦਾ ਪਿੰਡ ਸਿੰਘਾਂ ਵਾਲੇ ਦੇ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਾਰਿਆਂ ਦਾ ਅਤੇ ਬਹੁਤ ਵੋਟ 'ਤੇ ਲੋਕਾਂ ਨੂੰ ਜਿਤਾਇਆ ਸਰਪੰਚ ਸਾਹਿਬ ਨੂੰ ਜੋ ਸਰਪੰਚ ਸਾਹਿਬ ਨੇ ਅੱਗੇ ਵੀ 5 ਸਾਲ ਕੰਮ ਕੀਤੇ ਆ ਉਦੋਂ ਵੀ ਚੜ੍ਹ ਵੱਧ ਕੇ ਕੰਮ ਕਰਨਗੇ ਸਰਪੰਚ ਸਾਹਿਬ ਅਸੀਂ ਇਹ ਵਾਅਦਾ ਕਰਦੇ ਹਾਂ ਅਤੇ ਬਹੁਤ ਢੰਗ ਤਰੀਕੇ ਨਾਲ ਹੁਣ ਕੰਮ ਕਰਨਗੇ ਇਸ ਗੱਲ ਦਾ ਅਸੀਂ ਵਾਅਦਾ ਕਰਦੇ ਪਿੰਡ ਦਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਬਾਈ ਅਸੀਂ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦੇ ਚੈਨਲ ਦਾ ਬਹੁਤ ਧੰਨਵਾਦ ਕਰਦਾ ਤੁਸੀਂ ਸਾਡੀ ਆ ਕੇ ਰਾਤ ਨੂੰ ਵਿਸਾਰ ਲਈ ਆ ਅਤੇ ਤੈਅ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਬਾਕੀ ਪਿੰਡ ਸਿੰਘਾਂ ਵਾਲੇ ਦੇ ਸਾਰੇ ਨਗਰ ਦਾ ਮੈਂ ਇਹਦੇ ਕੋਲ ਸ਼ਬਦ ਨਹੀਂ ਕੋਈ ਕਹਿਣ ਵਾਲਾ ਧੰਨਵਾਦ ਤਾਂ ਹਰੇਕ ਬੰਦਾ ਕਹਿਣ ਦਾ ਕਰ ਦਈਏ ਪਰ ਮੇਰੇ ਕੋਲ ਕੋਈ ਇਸ ਟਾਈਮ 'ਤੇ ਸ਼ਬਦ ਨਹੀਂ ਜਿਹੜਾ ਮੇਰੇ ਪਿੰਡ ਨੇ ਮੇਰੇ 'ਤੇ ਦੂਜੀ ਵਾਰੀ ਬਹੁਤ ਵੱਡਾ ਮਾਣ ਬਖਸ਼ਿਆ ਮੈਨੂੰ ਅਤੇ ਬੋਝ ਪਾਇਆ ਮੈਂ ਇਹ ਤੈਅ ਦਿਲੋਂ ਤੁਹਾਨੂੰ ਆਪਦੇ ਮਨ ਨਾਲ ਸੱਚੇ ਨਾਲ ਕਹੂੰਗਾ ਕਿ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਹਰ ਇੱਕ ਬੰਦੇ ਦੀ ਗੱਲ ਸੁਣੂੰਗਾ ਅਤੇ ਪਿੰਡ ਦਾ ਵਿਕਾਸ ਕਰਾਊਂਗਾ ਵਾਹਿਗੁਰੂ ਜੀ ਕਾ ਖਾਲਸਾ ਜੋ ਧੀਰ ਸਿੰਘ ਕਾਲਾ ਨੇ ਕਿਹਾ ਨਾ ਵੀ ਮੇਰੇ 'ਤੇ ਬੋਝ ਪਾਇਆ ਵੀਰ ਜੀ ਵਾਕਿਆ ਬੋਝ ਹੀ ਪਾਇਆ ਇਹਨੂੰ ਅਸੀਂ ਬੋਝ ਨੂੰ ਸਾਰੇ ਜਣੇ ਰਲ ਮਿਲ ਕੇ ਚੱਕਾਂਗੇ ਸ਼ਾਬਾਸ਼ ਇਹਦੇ ਜਿਹੜਾ ਇਹਨੂੰ ਇਹ ਕਹਿੰਦੇ ਮੈਂ ਇਲੈਕਸ਼ਨ ਨਹੀਂ ਲੜਨਾ ਗਾ ਹੋਰ ਕਿਸੇ ਨੂੰ ਆਪਾਂ ਮੌਕਾ ਦੇਈਏ ਧੰਨਵਾਦ ਇਹਦੇ ਜਿਹਨੂੰ ਇਹ ਸਾਡਾ ਛੋਟਾ ਵੀਰ ਤਿਆਰ ਹੋਇਆ ਇਲੈਕਸ਼ਨ ਲੜਨ ਨੂੰ ਪਰ ਅਸੀਂ ਅੱਜ ਜਿਵੇਂ ਨਗਰ ਨੇ ਸਹਿਯੋਗ ਦਿੱਤਾ ਨਗਰ ਦਾ ਜਿਹੜਾ ਲੱਖ ਲੱਖ ਨਹੀਂ ਕਰੋੜ ਕਰੋੜ ਵਾਰ ਧੰਨਵਾਦ ਕਰਦੇ ਹਾਂ ਜਿਹੜਾ ਵੀ ਸਾਡੇ ਨਗਰ ਮਹਾਂਪੁਰਸ਼ਾਂ ਦੇ ਨੇ ਸਾਨੂੰ ਸਹਿਯੋਗ ਦਿੱਤਾ ਬੋਝ ਨਹੀਂ ਸੇਵਾ ਇਹਨੂੰ ਸੇਵਾ ਜਿਹੜੀ ਸੌਂਪੀ ਆ ਉਹ ਸੇਵਾ ਨਿਭਾਊ ਨਾਲ ਅਸੀਂ ਹਾਜ਼ਰ ਹਾਂ ਵਾਹਿਗੁਰੂ ਜੀ ਕਾ ਖਾਲਸਾ।